ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ। ਪਟਿਆਲਾ ਵਿਖੇ ਜਨਰਲ ਬਾਡੀ ਮੈਂਬਰਾਂ ਦੀ ਮੀਟਿੰਗ ਸੰਦੀਪ ਕੁਮਾਰ ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦਾ ਮੁੱਖ ਮੰਤਵ ਕਿਰਤੀਆਂ ਦੀ ਮੰਗਾਂ ਸੰਬੰਧੀ ਮੰਗ ਪੱਤਰ ਦਾਇਰ ਕੀਤਾ ਜਾਵੇਗਾ। ਹਾਂਜੀ, ਪੂਰੀ ਖਬਰ ਦੇਖਣ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ। ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸ਼ੁਰੂ ਕਰਦੇ ਅੱਜ ਦੀ ਵੱਡੀ ਖਬਰ ਦੇ ਨਾਲ। ਪ੍ਰਧਾਨ ਮੋਹਨ ਸਿੰਘ ਨੇ ਕਿਰਤੀਆਂ ਨੂੰ ਸੰਬੋਧਨ ਕਰਦਿਆਂ ਮੰਗਾਂ ਦਾ ਜ਼ਿਕਰ ਕੀਤਾ ਕਿ ਪ੍ਰਮੋਸ਼ਨ ਸੰਬੰਧੀ ਮੰਗਾਂ ਜਿਵੇਂ ਮਾਸਿਕ ਬੇਸਿਕ ਤਨਖਾਹ ਵਿੱਚੋਂ ਘੱਟੋ ਘੱਟ 100% ਵਾਧਾ, ਸਾਲਾਨਾ ਤਰੱਕੀ, ਮਹਿੰਗਾਈ ਭੱਤਾ, ਹਾਊਸ ਰੈਂਟ ਭੱਤਾ, ਕਨਵੈਂਸ ਅਲਾਊਂਸ, ਐਜੂਕੇਸ਼ਨ ਅਲਾਊਂਸ, ਮੈਡੀਕਲ ਭੱਤਾ, ਸ਼ਿਫਟ ਅਲਾਊਂਸ, ਪ੍ਰੋਡਕਸ਼ਨ ਬੋਨਸ, ਸੀਨੀਅਰਤਾ ਭੱਤਾ, ਫੈਕਟਰੀ ਪਰਫੋਰਮੈਂਸ ਅਲਾਊਂਸ, ਕੈਂਟੀਨ ਸਬ ਅਲਾਊਂਸ, ਕਾਮਿਆਂ ਦੀ ਸਟਰੈਂਥ ਅਤੇ ਕੱਚੇ ਕਾਮਿਆਂ ਨੂੰ ਪੱਕਾ ਕਰਨਾ, ਕਾਮਿਆਂ ਦੀ ਸਟਰੈਂਥ ਪੂਰੀ ਕਰਨ ਸੰਬੰਧੀ, ਠੇਕੇਦਾਰੀ ਕਿਰਤੀਆਂ ਨੂੰ ਪੱਕੇ ਕਰਨ ਸੰਬੰਧੀ ਮੰਗ, ਕਿਰਤੀਆਂ ਦੀ ਵੈਲਫੇਅਰ ਸੰਬੰਧੀ ਮੰਗ, ਹਾਊਸਿੰਗ ਲੋਨ, ਸਾਲਾਨਾ ਬੋਨਸ, ਸੋਸ਼ਲ ਸਿਕਿਉਰਟੀ ਅਲਾਊਂਸ, ਕੰਟੀਨ ਸਬਸਿਡੀ, ਲੀਵ ਟਰੈਵਲ ਅਲਾਊਂਸ, ਡਰੈਸ ਮੈਂਟੀਨੇਸ਼ਨ ਅਲਾਊਂਸ, ਖੁਸ਼ੀ ਦੇ ਮੌਕੇ ਸ਼ਗਨ ਸਕੀਮ, ਸਕਾਲਰਸ਼ਿਪ ਸਕੀਮ, ਤਿਉਹਾਰਾਂ ਭੱਤਾ, ਪੈਨਸ਼ਨ ਸਕੀਮ, ਗ੍ਰੈਜੂਟੀ ਡੈਥ ਰਿਲੀਫ ਭੱਤਾ, ਟਰਾਂਸਪੋਰਟ ਛੁੱਟੀਆਂ ਸੰਬੰਧੀ ਮੰਗ ਜਿਵੇਂ ਕਿ ਹਫ਼ਤਾਵਾਰੀ ਛੁੱਟੀ, ਕਮਾਈ ਛੁੱਟੀ, ਅਚਨਚੇਤ ਛੁੱਟੀ, ਬਿਮਾਰੀ ਦੀ ਛੁੱਟੀ, ਸਪੈਸ਼ਲ ਲੀਵ, ਪਿਕਨਿਕ ਅਤੇ ਚਿਲਡਰਨ ਡੇ ਸੰਬੰਧੀ ਮੰਗਾਂ, ਕਿਰਤੀਆਂ ਦੀਆਂ ਮੁਸ਼ਕਲਾਂ ਸੰਬੰਧੀ ਜ਼ਰੂਰੀ ਮੰਗਾਂ ਜਿਵੇਂ ਕਿ ਮਸ਼ੀਨ ਉੱਪਰ ਕੰਪਨੀ ਦਾ ਇੱਕ ਰੈਗੂਲਰ ਇੰਪਲਾਈ, ਰਾਤ ਦੀ ਸ਼ਿਫਟ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਇੱਕ ਕਿਰਤੀ ਪਿੱਛੇ ਇੱਕ ਰਿਲੀਵਰ, ਕੰਪਨੀ ਵੱਲੋਂ ਕੀਤੇ ਜਾਣ ਵਾਲੇ ਬ੍ਰੈਕਡਾਊਨ ਦੌਰਾਨ ਕਾਮਿਆਂ ਨੂੰ ਬੰਦ ਦੀ ਉਜਰਤਾ ਵਿੱਚ ਕਿਸੇ ਵੀ ਤਰ੍ਹਾਂ ਦੀ ਕਟੌਤੀ ਨਾ ਕੀਤੀ ਜਾਵੇ ਅਤੇ ਠੇਕੇਦਾਰ ਕਿਰਤੀਆਂ ਨੂੰ ਕੇਵਲ ਠੇਕੇਦਾਰੀ ਵਾਲੀ ਜਗ੍ਹਾ ETP ਵਿਭਾਗ, ਸਟੈਂਪਰ ਵਿਭਾਗ ਅਤੇ ਮੈਨੀਟੇਸ਼ ਵਿਭਾਗ ਵਿੱਚ ਲਏ ਜਾ ਰਹੇ ਠੇਕੇਦਾਰੀ ਕਾਮਿਆਂ ਨੂੰ ਹਟਾ ਕੇ ਪੱਕੇ ਕੰਮ ਲਗਾਏ ਜਾਣ। ਮਸ਼ੀਨਾਂ ਉੱਪਰ ਕੰਮ ਕਰਨ ਵਾਲੇ ਕਾਮਿਆਂ ਨੂੰ ਆਪਰੇਟਰ ਦਾ ਪੱਤਰ, ਅਪਾਤਕਾਲੀਨ ਕਾਮੇ ਕਿਰਤੀਆਂ ਨੂੰ ਗੇਟ ਪਾਸ, ਕਾਮਿਆਂ ਦੀ ਪਰਿਵਾਰਕ ਮੈਂਬਰ ਦੀ ਮੌਤ ਹੋਣ ਉਪਰੰਤ ਕਿਰਤੀ ਨੂੰ ਛੁੱਟੀਆਂ ਬਿਨਾਂ ਤਨਖਾਹ ਵਿੱਚ ਕਟੌਤੀਆਂ ਦਿੱਤੀਆਂ ਜਾਣ। ਇਸ ਮੌਕੇ 'ਤੇ ਸੰਦੀਪ ਕੁਮਾਰ ਜਨਰਲ ਸਕੱਤਰ ਨੇ ਕਿਰਤੀਆਂ ਨੂੰ ਸੰਬੋਧਿਤ ਕੀਤਾ। ਉਪਰੋਕਤ ਮੰਗਾਂ 'ਤੇ ਵਿਚਾਰ ਕਰਨ ਉਪਰੰਤ ਕਿਰਤੀਆਂ ਦੀਆਂ ਮੰਗਾਂ ਦਰਜ ਕਰਕੇ ਮੈਨੇਜਮੈਂਟ ਨੂੰ ਭੇਜ ਦਿੱਤਾ ਗਿਆ ਅਤੇ ਹਿੰਦੁਸਤਾਨ ਯੂਨੀਲੀਵਰ ਮੈਨੇਜਮੈਂਟ ਵੱਲੋਂ ਕੰਪਨੀ ਅੰਦਰ ਸਰੇਆਮ ਧੱਕਾ ਕੀਤਾ ਜਾਂਦਾ ਹੈ। ਆਗੂਆਂ ਨੇ ਕਿਹਾ ਕਿ ਕੰਪਨੀ ਅੰਦਰ ਕੰਟੇਨ ਦੀ ਹਾਲਤ ਬਹੁਤ ਮਾੜੀ ਹੈ, ਪਰੰਤੂ ਮੈਨੇਜਮੈਂਟ ਦੀ ਉੱਚੀ ਪਹੁੰਚ ਦੇ ਚੱਲਦੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਹਾਂਜੀ, ਇਹ ਸੀ ਅੱਜ ਮੁਲਾਜ਼ਮਾਂ ਲਈ ਇੱਕ ਵੱਡੀ ਖਬਰ। ਮੁਲਾਜ਼ਮਾਂ ਦੀ ਇੱਕ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਇਹਨਾਂ ਮੰਗਾਂ 'ਤੇ ਚਰਚਾ ਕੀਤੀ ਗਈ ਅਤੇ ਪੰਜਾਬ ਸਰਕਾਰ ਨੂੰ ਇੱਕ ਪੱਤਰ ਦਿੱਤਾ ਗਿਆ। ਅੱਜ ਦੀ ਨਿਊਜ਼ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ।